ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਚਾਚਾ ਬਿਸ਼ਨਾ ਤੇ ਮੇਰੀ ਬੇਟੀ ਤੇ ਇਹ ਮੇਰਾ ਬੇਟਾ ਤੇ ਉਹ ਗਿੰਦੂ ਕੈਂਡ ਗੱਬਰ ਤੇ ਗੱਬਰ ਦਾ ਬੇਟਾ ਵੀਡੀਓ ਬਣਾ ਰਿਹਾ ਸੈਮ। ਤੇ ਦੋਸਤੋ ਅੱਜ ਅਸੀਂ ਲੈ ਕੇ ਆਏ ਆਪਣੇ ਵਰਕ ਲਈ ਐਪਲ ਦਾ ਯਾਨੀ ਕਿ ਆਈ ਮੈਕ ਤੇ ਇਹ ਨਵਾਂ ਲੇਟੈਸਟ ਮਾਡਲ ਆਇਆ ਜੀ। ਐਡੀਟਿੰਗ ਲਈ ਬਹੁਤ ਵਧੀਆ ਸੋਫਟ ਮਸ਼ੀਨ ਹੈ ਤੇ ਆਈ ਮੈਕ ਲਿਖਿਆ ਹੋਇਆ ਤੇ ਇਹਦੇ ਜਿਹੜਾ ਕਲਰ ਹੈ ਉਹ ਹੈ ਗ੍ਰੀਨ ਤੇ ਬਹੁਤ ਵਧੀਆ ਚੀਜ਼ ਹੈ। ਅੱਜ ਹੀ ਅਸੀਂ ਮਤਲਬ ਅਲਫਾ ਵਨ ਤੋਂ ਪਰਚੇਸ ਕੀਤਾ ਤੇ ਮਾਲ ਚੋਂ ਲੈ ਕੇ ਆਏ ਹਾਂ ਤੇ ਅੱਜ ਇੱਥੇ ਲਾਵਾਂਗੇ ਐਡੀਟਿੰਗ ਲਈ ਤੇ ਇੱਥੇ ਨਵੀਂ ਨਵੀਂ ਵੀਡੀਓਜ਼ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਹਾਈ ਡੈਫੀਨੇਸ਼ਨ ਐਚ ਡੀ ਕੁਆਲਿਟੀ 4K ਵੀਡੀਓ। ਤੇ ਇਹਨੂੰ ਓਪਨ ਕੌਣ ਕਰੂਗਾ? ਓਪਨ ਕਰੇਗੀ ਸਾਡੀ ਬੇਟੀ। ਹਾਂ ਚਲੋ ਜੀ, ਤੇ ਇੱਥੋਂ ਆਪਾਂ ਓਪਨ ਕਰਾਂਗੇ। ਅੱਗੇ ਆਨ ਵੀ ਕਰੂਗੀ ਇਹ। ਅੰਦਰ ਹੀ ਸਾਰਾ ਕੁਛ ਹੁੰਦਾ ਜੀ, ਵੇਖੋ ਕਿੰਨੀ ਸਲਿਮ ਹੈਗੀ ਹੈ। ਇਹਦੇ ਅੰਦਰ ਹੀ ਸਾਰੇ ਸੋਫਟਵੇਅਰ ਆ, ਇਹਦੇ ਅੰਦਰ ਹੀ ਸਾਰਾ ਕੰਪਿਊਟਰ ਮਸ਼ੀਨ ਵਗੈਰਾ ਲੱਗੀ ਹੋਈ ਆ। ਇਹ ਬਿਲਕੁਲ ਐਂਡਰੋਇਡ ਆ, ਐਪਲ ਦਾ ਜਿਵੇਂ ਮੋਬਾਈਲ ਹੁੰਦਾ। ਤੇ ਇਹ ਦੇਖੋ ਇਹਦੇ ਕੀਬੋਰਡ, ਦੇਖੋ ਕਿੰਨਾ ਪਿਆਰਾ ਕੀਬੋਰਡ ਹੈ। ਬਲੂਟੁੱਥ ਨਾ? ਹਾਂ, ਇਹ ਵਾਇਰਲੈਸ ਆ ਜੀ। ਇਹ ਇੱਕ ਦਿਨ ਦੇ ਵਿੱਚ 15 ਚਾਰਜ ਕਰਨ ਤੇ 15 ਦਿਨ ਕੱਢਦਾ। ਇਹਦੀ ਡਾਟਾ ਕੇਬਲ ਆ ਜੀ ਚਾਰਜਿੰਗ ਵਾਸਤੇ। ਤੇ ਇਹਦਾ ਪਾਵਰ ਬੈਂਕ ਆ ਜੀ ਸਾਰਾ ਬਣਿਆ ਹੋਇਆ। ਹਾਂਜੀ, ਇਹਦੀ ਪਾਵਰ ਬੈਂਕ ਆ ਜੀ, ਠੀਕ ਹੈ ਜੀ। ਇਹਦਾ ਯੂ ਪੀ ਐਸ ਹੈ ਤੇ ਇਹਦੀ ਮੇਨ ਸਪਲਾਈ ਹੈ। ਇਹ ਮਾਊਸ ਆ ਜੀ, ਇਹਦਾ ਮਾਊਸ ਓਪਨ ਕਰੋ ਜੀ, ਵਿੱਚੋਂ ਖੋਲੋ। ਐਪਲ ਬਣਿਆ ਉੱਤੇ ਆ ਦੇਖੋ ਜੀ, ਐਪਲ ਦਾ ਇਹ ਰੀਜਨਲ ਹੈ ਤੇ ਰੀਜਨਲ ਲੈ ਕੇ ਆਏ ਆ ਤੇ ਬਾਅਦ ਚ ਆਪਾਂ ਤੁਹਾਨੂੰ ਚਾਲੂ ਕਰਕੇ ਵੀ ਦਿਖਾਵਾਂਗੇ। ਅਨਬੋਕਸਿੰਗ ਕੀਤੀ ਆ ਬੇਟਾ। ਹੈਲੋ ਸੋ ਇਹ ਬੱਚੇ ਵੇਖੋ ਸਾਰੇ ਆਪਣੇ ਹੈਰੀ ਸੈਮ ਤੇ ਇਹ ਦੋਸਤੋ ਸਾਡੀ ਮਿਹਨਤ ਤੇ ਤੁਹਾਡਾ ਆਸ਼ੀਰਵਾਦ ਉਹਦੇ ਕਰਕੇ ਚੀਜ਼ਾਂ ਬਣਦੀਆਂ ਨੇ। ਤੇ ਆਪਾਂ ਸਾਰਾ ਇਹਦਾ ਖੋਲਾਂਗੇ। ਸਾਈਡ ਦੇ ਦੋ ਥੋੜਾ ਜਿਹਾ, ਆਹ ਲਾ ਦੋ ਜੀ। ਬਸ ਇੰਨਾ ਕੁ ਸਮਾਨ ਹੁੰਦਾ ਇਹਦੇ ਨਾਲ, ਹੋਰ ਕੋਈ ਫਾਲਤੂ ਸਮਾਨ ਨਹੀਂ ਹੈ। ਇਹਦੇ ਨਾਲ ਹੀ ਇਹ ਸਾਰਾ ਚੱਲਣਾ ਤੇ ਇਹਦੇ ਮਗਰ ਜਿਹੜੀਆਂ ਐਕਸਟਰਨਲ ਹਾਰਡ ਵਗੈਰਾ ਲੱਗ ਜਾਂਦੀਆਂ ਤੇ ਆਪਾਂ ਇਹਨੂੰ ਚਾਲੂ ਕਰਾਂਗੇ। ਇਸ ਤੋਂ ਬਾਅਦ ਇੱਥੋਂ ਹੀ ਵੀਡੀਓ ਫਿਰ ਆਪਾਂ ਅੱਗੋਂ ਚਲਾਵਾਂਗੇ। ਤੱਕ ਚੱਲੀਏ ਅਸੀਂ ਫਿਟਿੰਗ ਕਰ ਲਈਏ ਇਹਨੂੰ। ਲਓ ਜੀ ਹੁਣ ਆਪਾਂ ਇਹਨੂੰ ਓਪਨ ਕਰ ਲਾਂਗੇ, ਇਹਦਾ ਕਾਗਜ਼ ਲਾਉਣ ਲੱਗੇ ਹਾਂ। ਕੰਗ੍ਰੈਚੁਲੇਸ਼ਨਸ, ਕਲੈਪਿੰਗ। ਲਓ ਜੀ, ਤੋ ਹਾਂ ਇਹ ਕਵਰ ਆਪਾਂ ਇੱਧਰ ਰੱਖ ਦੇਣਾ ਇਹਨੂੰ, ਠੀਕ ਹੈ। ਜਿੱਦਾਂ ਉੱਤੋਂ ਲੱਗਦਾ ਜੀ, ਵਿਖਾ ਦੋ ਇੱਕ ਵਾਰੀ ਕਿੱਦਾਂ ਦਾ। ਆਹ ਦੇਖ ਲਓ ਜੀ, ਠੀਕ ਹੈ ਜੀ ਸਾਰਾ। ਤੇ ਇਹ ਹੈਗੀ ਦੋਸਤੋ 24 ਇੰਚ ਆ, ਠੀਕ ਆ। ਇਸ ਤੋਂ ਵੱਡਾ ਵੀ ਆਉਂਦਾ 27 ਇੰਚ, ਲੇਕਿਨ ਕਹਿੰਦੇ ਆ ਕਿ ਇਹ ਬੈਟਰ ਹੈ, ਉਹ ਪੁਰਾਣਾ ਵਰਜ਼ਨ ਹੈ। ਨਵਾਂ ਵਰਜ਼ਨ 24 ਚ ਆਇਆ ਜੇ, 27 ਚ ਨਹੀਂ ਆਇਆ। ਲਓ ਜੀ ਹੁਣ ਓਪਨ ਕਰਤਾ ਜੀ, ਗੁੜੀਆਂ ਨੇ ਚਾਲੂ ਕਰਤਾ, ਠੀਕ ਆ ਜੀ। ਆਪਾਂ ਚਾਲੂ ਕਰਤਾ ਗੁੜੀਆਂ ਨੇ, ਤੇ ਜਿੱਦਾਂ ਕਿ ਦੱਸਿਆ ਵੀ ਚਾਲੂ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਤੇ ਥੈਂਕ ਯੂ ਜੀ ਦੋਸਤੋ, ਤੁਹਾਡਾ ਧੰਨਵਾਦ, ਤੁਸੀਂ ਪਿਆਰ ਦਿੱਤਾ, ਸਤਿਕਾਰ ਦਿੱਤਾ। ਤੇ ਆਓ ਲਓ ਜੀ, ਵੀਡੀਓ ਵੀ ਚੱਲ ਗਈ। ਹਾਏ ਹਾਏ, ਸੋ ਇੱਥੇ ਕਰਾਂਗੇ ਵਰਕ, ਬਣਾਵਾਂਗੇ ਨਵੀਂ ਨਵੀਂ ਸਕਿੱਟਾਂ। ਤੇ ਇੱਕ ਪੀਸੀ ਆਪਾਂ ਮਤਲਬ ਰੱਖਿਆ ਹੋਇਆ ਇੱਧਰ ਰੱਖਤਾ ਅੰਦਰ, ਤੇ ਇੱਕ ਆਹ ਲੱਗਾ ਜੀ 3, ਇਹ ਦੂਸਰਾ ਹੈ, ਤੇ ਇਹ ਐਪਲ ਦਾ ਆਪਾਂ ਲਾ ਲਿਆ ਤੇ ਉਹ ਆਪਾਂ ਸਾਂਭ ਕੇ ਰੱਖਿਆ। ਦੋਸਤੋ ਥੈਂਕ ਯੂ, ਧੰਨਵਾਦ ਤੁਹਾਡਾ ਸਕਿੱਟਾਂ ਨੂੰ ਪਿਆਰ ਦੇਣ ਵਾਸਤੇ। ਯੂੰ ਦੇ ਵਸਦੇ ਰਹੋ, ਰੱਬ ਤੁਹਾਡੀ ਲੰਬੀ ਉਮਰ ਕਰੇ।